एकता टीवी विच आप जी का स्वागत है। जो तस्वीर देख रहे हो लांबड़ा के नज़दीक पिंड ताजपुर भगवानपुर दियां ने, जिथे सीवरेज ब्लॉक होने कारण गलियां दे विच गंदा पानी घूम रहा, तो उत्थों लंघन वाले लोग डाढ़े परेशान ने। उन्होंने सरपंच के खिलाफ जम के नारेबाजी की और प्रशासन तो मंग की कि सरपंच नूं जल्द तो जल्द हटा के इत्थे प्रबंधक लगा के पिंड दे जो सफाई है करवाई जाए, ता जो लोग इस महामारी तो बच सकन। एक पासे करोना दा जोर है, दूसरे पासे गंदगी फैली हुई है पिंड दे विच, जिस कारण कोई भयानक बीमारी लगन दा खासा है। इस करके लोगों ने मंग की है कि सरपंच नूं बर्खास्त किया जाए और पिंड दे विच साफ सफाई दे प्रबंध किए जाण। ਕੀ ਭਾਈ ਪਿੰਡ ਦਾ ਨਾਮ? ਪਿੰਡ ਭਾਈਪੁਰ ਭਗਵਾਨਪੁਰ ਜੀ। ਇਹ ਮੇਨ ਸਾਡੀ ਸਾਂਝਾ ਰੋਡ ਆ ਜੀ ਉਹਦਾ। ਅੱਛਾ ਜੀ। ਹਾਂਜੀ, ਤੇ ਸਾਡੀ ਪੰਚਾਇਤ ਬਣੇ ਨੂੰ ਨਾ ਦੋ ਸਾਲ ਪੰਜ ਮਹੀਨੇ ਹੋ ਗਏ ਆ। ਹਾਂਜੀ ਭਾਜੀ, ਕੀ ਪ੍ਰੋਬਲਮ ਹੈ? ਪ੍ਰੋਬਲਮ ਇਹੀ ਹੈ ਕਿ ਪਾਣੀ ਸੀਵਰੇਜ ਬਲੌਕ ਹੁੰਦਾ ਆ, ਸੀਵਰੇਜ ਬਲੌਕ ਹੋ ਕੇ ਅਤੇ ਜਿੰਨੀ ਵਾਰ ਵੀ ਸਾਫ਼ ਕਰਦੇ ਆ ਪਿੰਡ ਵਾਲੇ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਅਤੇ ਸਾਫ਼ ਕਰਵਾਉਂਦੇ ਆ ਇਹਨੂੰ। ਸਰਪੰਚ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਕਿਹਾ ਗਿਆ, ਜਦੋਂ ਪਹਿਲਾਂ ਬੰਦ ਹੋਇਆ ਉਹ ਕਹਿੰਦਾ ਕਿ ਮੇਰੇ ਤੋਂ ਪੈਸੇ ਹੈ ਨਹੀਂ। ਹਾਂਜੀ, ਪਰ ਜਦਕਿ ਪੰਚਾਇਤ ਦੇ ਖਾਤੇ ਵਿੱਚ 15-20 ਲੱਖ ਦੇ ਲਾਗੇ ਆਲਰੇਡੀ ਪਿਆ ਹੋਇਆ ਵਾ। ਅੱਛਾ ਜੀ। ਜਦੋਂ ਵੀ ਉਹਨੂੰ ਕਹੋ ਕਹਿੰਦਾ ਕਿ ਮੇਰੇ ਤੋਂ ਪੈਸੇ ਹੈ ਨਹੀਂ ਗੇ, ਜਵਾਬ ਦੇ ਦਿੰਦਾ। ਬਾਕੀ ਪੰਚਾਇਤ ਮੈਂਬਰ ਵੀ ਆ, ਉਹ ਵੀ ਜਾ ਕੇ ਕੋਈ ਕੰਮ ਕਹਿਣ ਤੇ ਉਹ ਮਨਾ ਸਾਫ਼ ਹੀ ਮਨਾ ਕਰ ਦਿੰਦਾ। ਹੁਣ ਭਾਜੀ ਕੀ ਪ੍ਰੋਬਲਮ ਹੈ ਆਪਣੀ? ਕੋਈ ਪਾਣੀ ਦੇ ਵਿੱਚ ਹੋਇਆ ਕਿ ਜਿਹੜਾ ਸਾਹਮਣੇ ਜਦੋਂ ਅਸੀਂ ਹੁਣ ਇੱਥੋਂ ਅਸੀਂ ਮੇਨ ਸਾਡਾ ਰੋਡ ਆ, ਮੇਨ ਲੰਘਾ ਆ, ਇਹਦੇ ਵਿੱਚ ਤਾਂ ਕੋਈ ਵੀ ਬੱਚਿਆਂ ਲੰਘਣਾ ਕਿਤੇ ਜਾਣਾ ਆਉਣਾ ਇੰਨੀ ਤੰਗੀ ਪਰੇਸ਼ਾਨੀ, ਕਿਸੇ ਨੇ ਆਉਣਾ ਜਾਣਾ ਆ, ਬਾਹਰੋਂ ਕੋਈ ਆਉਂਦਾ ਆ, ਸਾਡੇ ਪਿੰਡ ਦੇ ਹਾਲਾਤ ਇੰਨੇ ਕੁ ਮਾੜੇ ਆ ਨਾ ਹੱਦੋਂ ਵੱਧ ਜੀ। ਹਾਂਜੀ ਹਾਂਜੀ, ਮੇਨ ਰਸਤਾ ਹੈ ਜੀ, ਮੇਨ ਰਸਤਾ ਜੀ, ਤੇ ਇੰਨੇ ਗੰਦੇ ਪਾਣੀ ਦੇ ਵਿੱਚ ਨਿਕਲ ਕੇ ਜਾਣਾ ਪੈਂਦਾ ਅੱਗੇ ਕਰੋਨਾ ਦਾ। ਸ਼ੁਕਮਰ ਜੀ, ਜੋ ਤੁਹਾਡੇ ਕਲੋਨੀ ਦੇ ਵਿੱਚ ਇਸ ਟਾਈਮ ਘਟਨਾ ਹੋ ਰਹੀ ਹੈ ਕਿ ਪਾਣੀ ਜੋ ਸੀਵਰੇਜ ਦਾ ਪਾਣੀ ਹੈ, ਹਾਂਜੀ, ਕਾਫੀ ਦੇਰ ਤੋਂ ਕਹਿੰਦੇ ਕਿ ਰੁਕਿਆ ਦਾ ਵਾ। ਸਰ 2-3 ਵਾਰੀ ਤਾਂ ਅਸੀਂ ਆਪ ਹੀ ਸਾਫ਼ ਕਰਾ ਚੁੱਕੇ ਆਪਣੇ ਖਰਚੇ 'ਤੇ। ਹਾਂਜੀ, ਠੀਕ ਆ। ਤਾਂ ਜੇ ਕੋਈ ਗਾਂਹ ਵੀ ਸਮੱਸਿਆ ਹੋਊ ਤਾਂ ਅਸੀਂ ਉਹਨੂੰ ਵੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ, ਠੀਕ ਹੈ ਵੀ ਇੱਦਾਂ ਕਰਕੇ ਠੀਕ ਕੀਤਾ ਜਾਵੇ, ਇੱਦਾਂ ਦੀ ਕੋਈ ਗੱਲ ਨਹੀਂ ਸਾਡੇ ਮਨ ਨੂੰ। ਦੇਖ ਲਓ ਤੁਸੀਂ ਪਿੰਡ 'ਚ ਕਿੱਡਾ ਬੜਾ ਪਿੰਡ ਆ ਸਾਡਾ। ਹਾਂਜੀ, 9 ਮੈਂਬਰ ਆ, 10ਵਾਂ ਸਰਪੰਚ ਆ। ਅੱਛਾ ਜੀ, ਠੀਕ ਹੈ। ਅਸੀਂ ਕਦੀ ਕਿਸੇ ਨੂੰ ਮੱਥੇ ਵੱਟ ਨਹੀਂ ਪਾਇਆ, ਜੇ ਕੋਈ ਲੋੜ ਹੋਵੇ ਅਸੀਂ ਹਰ ਤਰ੍ਹਾਂ ਨਾਲ ਤੁਹਾਡੇ ਖੜ੍ਹੇ ਹਾਂ। ਉਹ ਕਹਿ ਰਹੇ ਕਿ ਤੁਹਾਡੇ ਕੋਲ ਅਸੀਂ 2-3 ਵਾਰੀ ਆਏ ਹਾਂ ਪਰ ਤੁਸੀਂ ਸਾਡੀ ਸੁਣਾਈ ਨਹੀਂ ਕੀਤੀ। ਇੱਦਾਂ ਹੀ ਸਰ, ਕੋਈ ਗੱਲਬਾਤ ਨਹੀਂ, ਕਿਉਂਕਿ ਪਿੰਡ 'ਚ ਪਾਲਟੀ ਬਾਜੀ ਹੈਗੀ ਆ, ਪਿੰਡ ਵੱਡਾ। ਅੱਛਾ ਜੀ, ਇਸ ਕਰਕੇ ਆ, ਕੋਈ ਗੱਲ ਹੋਰ? ਕੋਈ ਗੱਲ? ਅੱਛਾ ਸਰਪੰਚ ਸਾਹਿਬ, ਤੁਸੀਂ ਉਹ 1-2 ਵਾਰੀ ਸੀਵਰੇਜ ਸਾਫ਼ ਕਰਾਈ ਹੈ? 1-2 ਵਾਰੀ, 3-4 ਵਾਰੀ ਕਰਾ ਚੁੱਕੇ ਹਾਂ ਆਪਣੇ ਖਰਚੇ 'ਤੇ। ਆਪਣੇ ਖਰਚੇ 'ਚੋਂ ਜਾਂ ਪੰਚਾਇਤ ਦੇ ਖਰਚੇ 'ਚੋਂ? ਪੰਚਾਇਤ ਦਾ ਕੋਈ ਇਨਕਮ ਹੀ ਨਹੀਂ ਹੈਗੀ, 1 ਰੁਪਈਆ ਦੀ ਇਨਕਮ ਹੈਗੀ। ਅੱਛਾ ਜੀ, ਇਸ ਕਰਕੇ ਫਿਰ ਤੁਹਾਨੂੰ ਪਤਾ ਹੀ ਸਾਰੀ ਗੱਲ। ਠੀਕ ਹੈ।